ਇੱਦਾਂ ਕਈ ਵਾਰ ਹੁੰਦਾ ਹੈ ਕਿ ਸਾਡਾ ਕਦੀ ਨਾ ਕਦੀ ਕਿਸੇ ਅਣਜਾਣ ਵਿਅਕਤੀ ਨੂੰ ਰੋਂਗ ਨੰਬਰ ਲੱਗ ਜਾਂਦਾ ਹੈ, ਪਰ ਇਸ ਰੋਂਗ ਨੰਬਰ ਦੀ ਕਹਾਣੀ ਕੁਝ ਵੱਖਰੀ ਹੈ। ਬੱਟ ਕੇ ਝਾਂਟਾ ਮਾਰਨਾ ਆ ਮੰਮੀ ਦਾ। ਬੀਤ ਗਏ ਜੋ ਪਲਾਂ ਵਿੱਚ ਹੀ, ਉਹ ਪਲਾਂ ਨੂੰ ਜਿਉਂ ਕੇ ਕੀ ਕਰਨਾ। ਜੋ ਸੀ ਯਾਦ ਸਮੁੰਦਰਾਂ ਭਰੀ, ਹੁਣ ਉਹ ਸੁੱਕਾ ਕਿਨਾਰਾ ਕੀ ਕਰਨਾ। ਬਣ ਮੰਗਤਾ ਤੂੰ ਚਾਦਰ ਵਿਛਾ ਕੇ, ਹੁਣ ਰਾਜਾ ਬਣ ਕੇ ਕੀ ਕਰਨਾ। ਬੀਤ ਗਏ ਜੋ ਪਲਾਂ ਵਿੱਚ ਹੀ, ਉਹ ਪਲਾਂ ਨੂੰ ਜਿਉਂ ਕੇ ਕੀ ਕਰਨਾ। ਉਹ ਪਲਾਂ ਨੂੰ ਜਿਉਂ ਕੇ ਕੀ ਕਰਨਾ। ਜੱਸੇ ਜੱਸੇ, ਪੁੱਤ ਤੇਰਾ ਫੋਨ ਵੱਜੀ ਜਾਂਦਾ, ਦੇਖ ਤਾਂ ਲੈ ਕੀਦਾ ਵੀ, ਪਤਾ ਨਹੀਂ ਕੀ ਲਿਖੀ ਜਾਂਦਾ। ਲਿਆ ਫੜਾ ਦੇਖਾਂ ਕੀਦਾ। ਹੈਲੋ, ਹਾਂਜੀ ਕੌਣ? ਉਹ ਤੈਨੂੰ ਇਹ ਜਾਣਨ ਦੀ ਲੋੜ ਨਹੀਂ ਹੈਗੀ ਮੈਂ ਕੌਣ ਆ, ਜਿੰਨਾ ਕਿਹਾ ਓਨਾ ਕਰ। ਪਰ ਤੁਸੀਂ ਦੱਸੋ ਤਾਂ ਸਹੀ ਕੌਣ ਹੋ ਜਨਾਬ? ਉਹ ਤੈਨੂੰ ਕਿਹਾ ਨਾ ਜਿੰਨਾ ਓਨਾ ਕਰ, ਜ਼ਿਆਦਾ ਦਿਮਾਗ ਲਾਉਣ ਦੀ ਲੋੜ ਨਹੀਂ ਹੈਗੀ, ਨਹੀਂ ਆਪਣਾ ਹਿਸਾਬ ਕਿਤਾਬ ਦੇਖ ਲਈ ਕੀ ਬਣੂ। ਕੀ ਕੰਮ ਹੈ ਮੇਰੇ ਨਾਲ? ਉਹ ਮੇਰੀ ਗੱਲ ਸੁਣ, ਤੇਰਾ ਮੁੰਡਾ ਸਾਡੇ ਕਬਜ਼ੇ 'ਚ ਆ। ਮੇਰਾ ਬੇਟਾ? ਪਰ ਮੇਰਾ ਤਾਂ ਹਲੇ ਵਿਆਹ ਹੀ ਨਹੀਂ ਹੋਇਆ। ਉਹ ਮੈਨੂੰ ਤੇਰੇ ਬਾਰੇ ਸਭ ਕੁਝ ਪਤਾ, ਮੈਨੂੰ ਪਤਾ ਤੇਰਾ ਵੱਡਾ ਭਰਾ ਪੁਲਿਸ 'ਚ ਵੀ ਆ। ਉੱਤੇ ਫਿਰ ਬੋਲ ਕਿਵੇਂ ਰਹੇ ਹੋ ਯਾਰ, ਉਹ ਭਰਾਵਾ ਕਿਤੇ ਕੋਈ ਮਜ਼ਾਕ ਤਾਂ ਨਹੀਂ ਕਰਦਾ? ਇਹ ਕੋਈ ਮਜ਼ਾਕ ਨਹੀਂ ਹੈਗਾ, ਮੈਂ ਜਿਵੇਂ ਕਿਹਾ ਨਾ ਉੱਕਣੇ ਕਰਜੇ ਬੱਚੇ ਦੀ ਜਾਨ ਬਚਾਉਣੀ ਆ। ਜੇ ਤੈਨੂੰ ਯਕੀਨ ਨਹੀਂ ਹੈਗਾ ਨਾ, ਲੈ ਬੱਚੇ ਦੀ ਆਵਾਜ਼ ਸੁਣ ਲਾ। ਗੱਲ ਸੁਣ ਓਏ, ਗੱਲ ਕਰ। ਪਾਪਾ ਮੈਨੂੰ ਬਚਾਓ, ਕਿਸੇ ਨੇ ਮੈਨੂੰ ਫੜ ਲਿਆ। ਹਾਂ ਹਾਂ ਪੁੱਤ, ਮੈਂ ਕਰਦਾ ਕੁਛ, ਕਰਦਾ। ਸੁਣ ਲਈ ਨਾ ਬੱਚੇ ਦੀ ਆਵਾਜ਼, ਕਿੰਨਾ ਡਰਿਆ ਪਿਆ ਬੱਚਾ, ਕਿਵੇਂ ਸਹਿਮਿਆ ਪਿਆ। ਹੁਣ ਮੇਰੀ ਗੱਲ ਸੁਣ, ਕਿਵੇਂ ਕਹਿ ਰਿਹਾ ਓਕਣ ਕਰ। ਸਰ ਮੈਨੂੰ ਲੱਗਦਾ ਜੀ ਤੁਹਾਡਾ ਰੋਂਗ ਨੰਬਰ ਲੱਗ ਗਿਆ ਕੋਈ। ਸਾਲਾ ਲੱਗਦਾ ਰੋਂਗ ਨੰਬਰ ਦਾ, ਮੇਰੀ ਗੱਲ ਕੰਨ ਖੋਲ ਕੇ ਸੁਣ ਲਾ। ਜਿਵੇਂ ਮੈਂ ਕਹਿ ਰਿਹਾ ਉੱਕਣ ਕਰ, ਰੁਪਈਆ 20 ਲੱਖ ਲੈ ਕੇ ਨਾ ਜਿੱਥੇ ਮੈਂ ਕਹਿ ਰਿਹਾ ਉੱਥੇ ਆ ਜਾ, ਨਹੀਂ ਪੁੱਤ ਤੇਰੇ ਟੱਬਰ ਦੀ ਖੈਰ ਨਹੀਂ। ਮੈਂ ਕਿਸੇ ਨੂੰ ਕੋਈ ਖਬਰ ਨਹੀਂ ਕਰਦਾ, ਪਰ ਮੈਂ ਇੰਨੇ ਪੈਸੇ ਕਿੱਥੋਂ ਲੈ ਕੇ ਆਊਂਗਾ ਜਨਾਬ? ਮੈਂ ਤਾਂ ਕੋਈ ਕੰਮ ਕਾਰ ਵੀ ਨਹੀਂ ਕਰਦਾ, ਤੋ ਮੇਰਾ ਬਾਪੂ ਸਾਰਾ ਦਿਨ ਮੈਨੂੰ ਵਿਹਲੜ ਵਿਹਲੜ ਕਹਿ ਕੇ ਤਾਨੇ ਦਿੰਦਾ ਰਹਿੰਦਾ। ਉਹ ਮੇਰੀ ਗੱਲ ਸੁਣ ਲਓ ਓਏ, ਜੇ ਭੌਂਕੀ ਜਾਣਾ ਪਹਿਲਾਂ ਮੇਰੀ ਗੱਲ ਧਿਆਨ ਨਾਲ ਸੁਣ ਲਓ। ਮੈਂ ਨਾ ਇੱਕ ਨੰਬਰ ਭੇਜਣ ਲੱਗਿਆ,
ਵਾ ਬੱਚੇ ਦੀ ਮਾਂ ਦਾ ਆ। ਉਸ ਬੱਚੇ ਦੀ ਮਾਂ ਨੂੰ ਫੋਨ ਕਰਕੇ ਕਹਿ ਕਿ ਮੈਨੂੰ 20 ਲੱਖ ਰੁਪਇਆ ਚਾਹੀਦਾ। ਜੇ ਕੋਈ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਜਾਂ ਪੁਲਿਸ ਨੂੰ ਇਨਵੋਲਵ ਕੀਤਾ ਕੰਮ 'ਚ ਤਾਂ ਸਭ ਤੋਂ ਬੁਰਾ ਕੋਈ, ਕਿਉਂਕਿ ਜੋ ਤੂੰ ਗੱਲ ਕਰੇਗਾ ਉਹ ਸਾਰੀ ਮੈਨੂੰ ਸੁਣੂਗੀ। ਠੀਕ ਹੈ ਜੀ। ਜੱਸੇ ਹਾਂ ਬੇਬੇ, ਪੁੱਤ ਕਿਹਦਾ ਫੋਨ ਹੈ? ਉਹ ਤਾਂ ਕਿਸੇ ਦੋਸਤ ਦਾ ਫੋਨ ਸੀ ਬੇਬੇ। ਜੱਸੇ ਜੱਸੇ ਹਾਂ ਬੇਬੇ, ਪੁੱਤ ਆ ਤੇਰੇ ਮੱਥੇ ਦੇ ਇੰਨਾ ਪਸੀਨਾ ਕਾਹਤੋਂ ਆ ਰਿਹਾ? ਨਾਲੇ ਫੋਨ ਕਿਹਦਾ ਸੀ? ਬੜਾ ਚਿਰ ਗੱਲਾਂ ਮਾਰੀ ਗਿਆ ਹੈ। ਉਹ ਬੇਬੇ ਤੈਨੂੰ ਕਹਿਦਾ ਇੱਦਾਂ ਕਿਸੇ ਦੋਸਤ ਦਾ ਸੀ। ਚੱਲ ਚੰਗਾ, ਐਂ ਕਰ ਪੁੱਤ ਰੋਟੀ ਖਾ ਲੈ। ਖਾ ਲੈਣਾ, ਕੋਈ ਨਾ, ਭੁੱਖ ਨਹੀਂ ਹਲੇ। ਚੱਲ ਤੇਰੀ ਮਰਜ਼ੀ ਹੈ ਭਾਈ, ਚੰਗਾ ਫਿਰ ਠੰਡੀ ਹੋ ਜਾਂਦੀ ਹੈ, ਖਾ ਲੈਂਦਾ। ਹੈਲੋ, ਮੈਂ ਜੀ ਤੁਹਾਡਾ ਬੱਚਾ ਮੇਰੇ ਕਬਜ਼ੇ 'ਚ ਹੈ ਅਤੇ ਜੇ ਤੁਸੀਂ ਆਪਦੇ ਬੱਚੇ ਦੀ ਜਾਨ ਬਚਾਉਣਾ ਚਾਹੁੰਦੇ ਹੋ ਨਾ ਤਾਂ 20 ਲੱਖ ਦਾ ਇੰਤਜ਼ਾਮ ਕਰੋ। ਜੇ ਪੁਲਿਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤਾਂ ਫਿਰ ਮੈਂ ਇੱਥੋਂ ਬੁਰਾ ਕੋਈ ਨਹੀਂ। ਠੀਕ ਹੈ, ਮੇਰੀ ਕਾਲ ਦਾ ਇੰਤਜ਼ਾਰ ਕਰਿਓ। ਠੀਕ ਹੈ, ਮੈਂ ਤੁਹਾਡੇ ਫੋਨ ਦਾ ਵੇਟ ਕਰਦੀ ਹਾਂ, ਪਰ ਪਲੀਜ਼ ਮੇਰੇ ਬੱਚੇ ਨੂੰ ਕੁਛ ਨਾ ਕਰਿਓ। ਠੀਕ ਹੈ। ਹੈਲੋ, ਹੈਲੋ, ਹਾਂ ਹੋ ਗਈ ਗੱਲ? ਹਾਂਜੀ ਹੋ ਗਈ ਗੱਲ। ਵੈਰੀ ਗੁੱਡ, ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲਾ ਪੁੱਤ। ਜਿਹੜੀ ਮੈਂ ਤੈਨੂੰ ਲੋਕੇਸ਼ਨ ਭੇਜ ਰਿਹਾ ਨਾ ਉਹ ਲੋਕੇਸ਼ਨ 'ਤੇ ਲੈ ਕੇ ਪੈਸੇ ਆ ਜਾ। ਜੇ ਮੇਰੇ ਨਾਲ ਕੋਈ ਵੀ ਸਿਹਾਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਤਾਂ ਇਹ ਹਿਸਾਬ ਲਾ ਲਈ, ਮੇਰੇ ਬੰਦੇ ਇੱਥੇ ਤੇਰੇ ਘਰ ਦੇ ਨੇੜੇ ਤੇੜੀ ਫਿਰਦੇ ਨੇ, ਇੱਧਰੋਂ ਮੇਰੇ ਇੱਕ ਫੋਨ ਕਰਨ ਦੀ ਦੇਰਾ ਤੇਰੇ ਘਰ ਨੂੰ ਜਦੀ ਅੱਗ ਲਾ ਦੇਣਗੇ, ਫਿਰ ਮੇਰੀ ਕੋਈ ਜ਼ਿੰਮੇਵਾਰੀ। ਪਲੀਜ਼ ਬਾਈ, ਤੁਸੀਂ ਇਹੋ ਜਿਹਾ ਕੁਛ ਨਾ ਕਰਿਓ, ਜਿਵੇਂ ਤੁਸੀਂ ਕਹਿੰਦੇ ਹੋ ਮੈਂ ਉਵੇਂ ਕਰੀ ਜਾਂਦਾ। ਹਾਂ, ਇੱਕ ਗੱਲ ਹੋਰ,
ਜੇ ਨਾ ਬੱਚੇ ਦੀ ਮਾਂ ਕਹੂਗੀ ਮੇਰੀ ਬੱਚੇ ਨਾਲ ਗੱਲ ਕਰਾਂ ਤਾਂ ਕਹਿੰਦੀ ਹਜੇ ਤੱਕ ਬੱਚਾ ਜਿੰਦਾ ਆ, ਉਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਵੀ ਨਹੀਂ ਜੇ ਕੋਈ ਉਨੀਕੀ ਹੋ ਗਈ। ਠੀਕ ਹੈ ਜੀ, ਠੀਕ ਹੈ। ਕਿਡਨੈਪਰ ਦੇ ਫੋਨ ਕੱਟਣ ਤੋਂ ਬਾਅਦ ਮੈਂ ਆਪਣੇ ਸਿਰ 'ਤੇ ਹੱਥ ਮਾਰ ਕੇ ਕਲਪਣ ਲੱਗਾ ਕਿ ਰੱਬਾ ਮੈਨੂੰ ਕਿਹੜੀ ਮੁਸੀਬਤ ਵਿੱਚ ਫਸਾ ਦਿੱਤਾ, ਕੋਈ ਰਸਤਾ ਤਾਂ ਦੱਸ ਮੈਂ ਕੀ ਕਰਾਂ। ਪਰ ਹੁਣ ਬੱਚੇ ਨੂੰ ਬਚਾਉਣਾ ਤਾਂ ਪਊ। ਥੋੜ੍ਹੀ ਦੇਰ ਬਾਅਦ ਮੈਨੂੰ ਵਟਸਐਪ 'ਤੇ ਇੱਕ ਮੈਸੇਜ ਮਿਲਿਆ। ਮੈਂ ਆਪਣਾ ਵਟਸਐਪ ਦੇਖਿਆ, ਕਿਡਨੈਪਰ ਨੇ ਮੈਨੂੰ ਜਗ੍ਹਾ ਦੀ ਲੋਕੇਸ਼ਨ ਭੇਜ ਦਿੱਤੀ ਸੀ। ਮੈਂ ਥੋੜ੍ਹੀ ਦੇਰ ਬਾਅਦ ਫਿਰ ਬੱਚੇ ਦੀ ਮਾਂ ਨੂੰ ਫੋਨ ਕੀਤਾ। ਹੈਲੋ ਹੈਲੋ ਹੈਲੋ, ਹਾਂਜੀ ਹਾਂਜੀ, ਮੈਂ ਤੁਹਾਡੇ ਹੀ ਫੋਨ ਦਾ ਵੇਟ ਕਰਦੀ ਸੀ, ਦੱਸੋ। ਪੈਸਿਆਂ ਦਾ ਇੰਤਜ਼ਾਮ ਕਰ ਲਓ। ਮੈਨੂੰ ਪਤਾ ਤੁਹਾਨੂੰ ਪੈਸਿਆਂ ਦੀ ਲੋੜ ਹੈ, ਮੈਂ ਪੈਸਿਆਂ ਦਾ ਬੰਦੋਬਸਤ ਵੀ ਕਰਤਾ, ਪਰ ਪਲੀਜ਼ ਮੇਰੇ ਬੱਚੇ ਨੂੰ ਕੁਛ ਨਾ ਕਰਿਓ। ਜੇ ਕੋਈ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਆਪਦੇ ਬੱਚੇ ਦਾ ਹਿਸਾਬ ਲਾ ਲਿਓ। ਹਾਂਜੀ, ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ, ਮੈਂ ਆਪਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਜਾਂ ਫਿਰ ਪੁਲਿਸ ਨੂੰ ਕੰਪਲੇਂਟ ਨਹੀਂ ਕਰਦੀ। ਠੀਕ ਹੈ, ਮੈਂ ਜਿਹੜੀ ਜਗ੍ਹਾ 'ਤੇ ਤੁਹਾਨੂੰ ਬੁਲਾਊਂਗਾ ਨਾ ਉੱਥੇ ਪੈਸੇ ਲੈ ਕੇ ਆ ਜਾਓ। ਮੈਂ ਵਟਸਐਪ 'ਤੇ ਲੋਕੇਸ਼ਨ ਭੇਜ ਦੂੰਗਾ ਤੁਹਾਨੂੰ। ਪਰ ਹਾਂ, ਚਲਾਕੀ ਕੋਈ ਨਹੀਂ ਕਰਨੀ। ਮੇਰੀ ਗੱਲ ਸੁਣੋ, ਮੇਰੀ ਗੱਲ ਕਰਵਾ ਦਿਓ ਪਲੀਜ਼ ਮੇਰੇ ਬੱਚੇ ਨਾਲ। ਉਹ ਜਦੋਂ ਘਰ ਆ ਗਿਆ ਜਿੰਨੀਆਂ ਮਰਜ਼ੀ ਗੱਲਾਂ ਕਰ ਲਿਓ। ਨਹੀਂ ਪਲੀਜ਼ ਮੇਰੀ ਗੱਲ ਕਰਵਾ ਦਿਓ, ਮੈਂ ਨਾ ਆਪਣੇ ਬੱਚੇ ਵੀ ਨਾ ਇੱਕ ਮਿੰਟ ਵੀ ਨਹੀਂ ਰਹਿ ਸਕਦੀ। ਆਹਾ ਸਾਰਾ ਡਰਾਮਾ ਨਾ ਮੇਰੇ ਸਾਹਮਣੇ ਨਹੀਂ ਚੱਲਣਾ। ਠੀਕ ਹੈ, ਮੈਂ ਵਟਸਐਪ 'ਤੇ ਲੋਕੇਸ਼ਨ ਭੇਜਦਾ, 20-30 ਲੱਖ ਰੁਪਈਆ ਲੈ ਕੇ ਪਹੁੰਚੋ ਉੱਥੇ। ਠੀਕ ਹੈ। ਲੋਕੇਸ਼ਨ ਤੁਹਾਡੀ ਦਿੱਤੀ ਲੋਕੇਸ਼ਨ ਨਾ ਬੱਚੇ ਦੀ ਮਾਂ ਨੂੰ ਭੇਜਤੀ। ਵੈਰੀ ਗੁੱਡ, ਹੁਣ ਮੇਰੀ ਗੱਲ ਕੰਨ ਖੋਲ੍ਹ ਕੇ ਸੁਣ। ਤੈਨੂੰ ਨਾ ਮੈਂ ਇੱਕ ਪਿਸਤੌਲ ਦੂੰਗਾ, ਜਿਹਦੀ ਮਾਂ ਨਹੀਂ ਪੈਸੇ ਦਊਗੀ ਨਾ ਉਹਨੂੰ ਡਰਾ ਦੇ। ਹਾਂ, ਅਤੇ ਮੇਰੀ ਇੱਕ ਗੱਲ ਹੋਰ ਸੁਣ, ਦਿੱਤੀ ਲੋਕੇਸ਼ਨ 'ਤੇ ਜਲਦੀ ਤੋਂ ਜਲਦੀ ਪਹੁੰਚ, ਇੱਧਰੋਂ ਮੈਂ ਨਿਕਲਦਾ। ਪੈਸੇ ਵਾਲਾ ਬੈਗ ਮੇਰੇ ਹੱਥ 'ਚ ਆਉਣ ਤੋਂ ਬਾਅਦ 15 ਮਿੰਟ ਬਾਅਦ ਬੱਚਾ ਤੈਨੂੰ ਮਿਲ ਜੂਗਾ, ਉਦੋਂ ਬਾਅਦ ਇਹਦੀ ਮਾਂ ਨੂੰ ਸੰਭਾ ਦੇ। ਹਾਂ,
ਤੂੰ ਆਪਦੇ ਰਸਤੇ, ਮੈਂ ਆਪਦੇ ਰਸਤੇ। ਮੇਰੇ ਬਾਰੇ ਨਾ ਬਾਹਲਾ ਜਾਣਨ ਦੀ ਕੋਸ਼ਿਸ਼ ਨਾ ਕਰੀ ਪੁੱਤ, ਨਹੀਂ ਨਾ ਤੇਰੇ ਵਾਸਤੇ ਨਾ ਤੇਰੇ ਪਰਿਵਾਰ ਵਾਸਤੇ ਇਹ ਸਭ ਠੀਕ ਨਹੀਂ ਹੋਊਗਾ। ਠੀਕ ਹੈ ਜੀ। ਮੈਂ ਕਿਡਨੈਪਰ ਨਾਲ ਗੱਲ ਕਰਕੇ ਫੋਨ ਰੱਖ ਦਿੱਤਾ ਅਤੇ ਮਨ ਵਿੱਚ ਸੋਚਣ ਲੱਗਾ ਕਿ ਸ਼ੁਕਰ ਇਹ ਮੁਸੀਬਤ ਕੱਲ੍ਹ ਮੇਰੇ ਗਲੋਂ ਲੱਚ ਆਏਗੀ। ਦੁਪਹਿਰ ਦੇ ਵੇਲੇ ਕਿਡਨੈਪਰ ਦਾ ਆਦਮੀ ਆ ਕੇ ਮੈਨੂੰ ਇੱਕ ਪਿਸਤੌਲ ਦੇ ਗਿਆ। ਮੈਂ ਕਿਡਨੈਪਰ ਦੇ ਆਦਮੀ ਦਾ ਚਿਹਰਾ ਤਾਂ ਨਾ ਦੇਖ ਸਕਿਆ ਕਿਉਂਕਿ ਉਸਨੇ ਆਪਣੇ ਮੂੰਹ 'ਤੇ ਮਾਸਕ ਜੋ ਪਹਿਨਿਆ ਹੋਇਆ ਸੀ। ਫਿਰ ਮੈਂ ਕੱਲ੍ਹ ਸਵੇਰੇ 7 ਵਜੇ ਦਾ ਟਾਈਮ ਰੱਖ ਕੇ ਬੱਚੇ ਦੀ ਮਾਂ ਨੂੰ ਕਿਡਨੈਪਰ ਦੀ ਦੱਸੀ ਜਗ੍ਹਾ 'ਤੇ ਬੁਲਾ ਲਿਆ। ਮੇਰੇ ਜਾਣ ਤੋਂ ਪਹਿਲਾਂ ਉਸ ਜਗ੍ਹਾ 'ਤੇ ਕੋਈ ਨਹੀਂ ਸੀ। ਜਗ੍ਹਾ ਇੱਦਾਂ ਦੀ ਸੀ ਜਿਵੇਂ ਕੋਈ ਖੰਡਰ ਹੋਵੇ ਅਤੇ ਉਸ ਜਗ੍ਹਾ ਨੂੰ ਦੇਖ ਕੇ ਇੱਦਾਂ ਲੱਗਦਾ ਸੀ ਕਿ ਜਿਵੇਂ ਸਦੀਆਂ ਤੋਂ ਕੋਈ ਉੱਥੇ ਆਇਆ ਹੀ ਨਾ ਹੋਵੇ। ਬੜੀ ਡਰਾਉਣੀ ਅਤੇ ਭਿਆਨਕ ਜਗ੍ਹਾ ਸੀ, ਵਿੱਚੋਂ ਵਿੱਚ ਮੇਰਾ ਦਿਲ ਡਰਦਾ ਵੀ ਪਿਆ ਸੀ। ਪਰ ਮੈਂ ਕੀ ਕਰਾਂ, ਮੇਰਾ ਤਾਂ ਉਹ ਹਾਲ ਹੋਇਆ ਸੀ ਜਿਵੇਂ ਸੱਪ ਦੇ ਮੂੰਹ ਕੋੜ ਕਿਰਲੀ ਆ ਗਈ ਹੋਵੇ। ਜੇ ਨਿਕਲਾਂ ਤਾਂ ਵੀ ਮਰਦਾਂ ਅਤੇ ਜੇ ਨਾ ਨਿਕਲਾਂ ਤਾਂ ਵੀ ਮਰਦਾਂ। ਮੈਂ ਆਪਣਾ ਮੂੰਹ ਇੱਕ ਮਾਸਕ ਨਾਲ ਢੱਕਿਆ ਹੋਇਆ ਸੀ ਜਿੱਥੋਂ ਮੈਨੂੰ ਆਉਣ ਜਾਣ ਵਾਲਾ ਹਰ ਕੋਈ ਦਿਖਾਈ ਦਿੰਦਾ ਸੀ, ਪਰ ਮੈਂ ਕਿਸੇ ਨੂੰ ਦਿਖਾਈ ਨਹੀਂ ਸੀ ਦਿੰਦਾ। ਥੋੜ੍ਹੀ ਦੇਰ ਬਾਅਦ ਮੈਨੂੰ ਇੱਕ ਉੱਚੀ ਲੰਮੀ ਬਹੁਤ ਸੋਹਣੀ ਮੁਟਿਆਰ ਮੇਰੇ ਵੱਲ ਆਉਂਦੀ ਦਿਸੀ। ਇੱਕ ਵਾਰ ਤਾਂ ਮੈਂ ਉਸਨੂੰ ਪਹਿਚਾਣ ਨਾ ਸਕਿਆ। ਪਰ ਜਦੋਂ ਉਹ ਮੇਰੇ ਵੱਲ ਆਈ ਤਾਂ ਮੈਂ ਉਸਨੂੰ ਦੇਖ ਕੇ ਤੰਗ ਰਹਿ ਗਿਆ ਕਿਉਂਕਿ ਉਹ ਕੋਈ ਹੋਰ ਨਹੀਂ ਸੀ, ਉਹੀ ਮੇਰਾ ਪਹਿਲਾ ਅਤੇ ਆਖਰੀ ਪਿਆਰ, ਮੇਰੀ ਲਵ ਪ੍ਰੀਤ ਸੀ। ਸੱਚੀ ਵਿਆਹ ਕਰਾਏਗਾ ਨਾ ਕਿ
ਕਿਤੇ ਲਾਰੇ ਤਾਂ ਨਹੀਂ ਲਾਉਂਦਾ ਮੈਨੂੰ। ਲੈ ਹੈ ਕਮਲੀ, ਇਹੋ ਜਿਹੀਆਂ ਗੱਲਾਂ ਕਿਉਂ ਕਰਦੀ ਹੈ? ਤੈਨੂੰ ਪਿਆਰ ਕਰਦਾ ਮੈਂ, ਵਿਆਹ ਨਹੀਂ ਕਰਾਊਂਗਾ। ਕਹਿੰਦੇ ਹੁੰਦੇ ਨੇ ਜ਼ਿਆਦਾ ਪਿਆਰ ਕਰਨ ਵਾਲੀ ਨਾ ਦੁਸ਼ਮਣ ਵੀ ਛੇਤੀ ਬਣਦੇ ਨੇ। ਕਮਲਿਆ ਦੇਖੀ ਕਿਤੇ ਮੇਰਾ ਦੁਸ਼ਮਣ ਨਾ ਬਣ ਜੀ। ਮੈਂ ਉਸਨੂੰ ਵਿਆਹ ਤੋਂ ਬਾਅਦ ਅੱਜ ਦੇਖ ਰਿਹਾ ਸੀ, ਪਰ ਕਿਸ ਹਾਲ ਵਿੱਚ ਇਹ ਮੈਂ ਬਿਆਨ ਨਹੀਂ ਕਰ ਸਕਦਾ। ਇੱਕ ਪਾਸੇ ਮੈਨੂੰ ਖੁਸ਼ੀ ਵੀ ਸੀ ਅਤੇ ਦੂਜੇ ਪਾਸੇ ਦੁੱਖ ਵੀ ਸੀ ਕਿ ਮੈਂ ਜਿਹਨੂੰ ਪਿਆਰ ਕਰਦਾ ਸੀ ਉਹਨੂੰ ਇੰਨੀ ਤਕਲੀਫ ਕਿਉਂ ਦਿੱਤੀ, ਕਿਉਂ ਕਿਉਂ ਮੈਂ ਇੱਕ ਵਾਰ ਵੀ ਨਹੀਂ ਸੋਚਿਆ ਉਸਦੇ ਬਾਰੇ। ਹੁਣ ਮੇਰੇ ਫੋਨ 'ਤੇ ਵਾਰ ਵਾਰ ਕਾਲਾਂ ਆ ਰਹੀਆਂ ਸੀ। ਇਹ ਕਾਲਾਂ ਕਿਸੇ ਹੋਰ ਦੀਆਂ ਨਹੀਂ, ਬੱਚੇ ਦੀ ਮਾਂ ਦੀਆਂ ਸੀ। ਪੈਸੇ ਲੈ ਕੇ ਆਈ ਹੈ? ਹਾਂਜੀ ਹਾਂਜੀ, ਪੈਸੇ ਤਾਂ ਮੈਂ ਲੈ ਕੇ ਆਈ ਹਾਂ, ਪਰ ਪਹਿਲਾਂ ਮੈਨੂੰ ਆਪਣਾ ਬੱਚਾ ਚਾਹੀਦਾ। ਐਂ ਕਰੀ ਫਿਰ, ਤੇਰੇ ਬੱਚੇ ਦੀ ਲਾਸ਼ ਤੇਰੇ ਘਰੇ ਭੇਜ ਦਿੰਦੇ, ਉੱਥੇ ਮਿਲ ਲਈ ਫਿਰ। ਨਹੀਂ ਨਹੀਂ ਪਲੀਜ਼, ਮੇਰੇ ਬੱਚੇ ਨੂੰ ਕੁਛ ਨਾ ਕਰਿਓ, ਤੁਸੀਂ ਦੱਸੋ ਮੈਂ ਕੀ ਕਰਨਾ, ਮੈਂ ਉਵੇਂ ਕਰੂੰਗੀ। ਬੈਗ ਨੂੰ ਥੱਲੇ ਰੱਖ ਤੇ ਆਪ 10 ਕਦਮ ਪਿੱਛੇ ਹੋ ਜਾ, ਪਿੱਛੇ ਹੋ ਜਾ। ਤੁਸੀਂ ਫਿਰ ਅੱਧਾ ਘੰਟਾ ਵੇਟ ਕਰੋ, ਮੈਂ ਤੁਹਾਡੇ ਬੱਚੇ ਨੂੰ ਲੈ ਕੇ ਆਉਣਾ। ਹਾਂ ਹਾਂਜੀ। ਪੂਰੇ ਨੇ? ਹਾਂਜੀ। ਮੇਰੀ ਕਿਸਮਤ ਨੇ ਕੀਤਾ ਮਜ਼ਾਕ ਮੇਰੇ ਨਾਲ, ਸਭ ਗਲਤੀ ਸੀ ਮੇਰੀ, ਕੀ ਸ਼ਿਕਵਾ ਤੇਰੇ ਨਾਲ। ਲੱਗਦਾ ਸੀ ਪਿਆਰ ਵੱਟੇ ਪਿਆਰ ਕਰੋਂਗੇ, ਪੈਣਾ ਮੇਰੀਆਂ ਦੇ ਵਿੱਚ ਪੈਣ ਤਰੋਂਗੇ। ਵਹਿਮ ਟੁੱਟ ਗਿਆ ਮੇਰਾ, ਸਾਥ ਛੁੱਟ ਗਿਆ ਤੇਰਾ, ਪਰ ਜਾ ਕੇ ਵੀ ਨਾ ਰੋ ਸਕੇ। ਅਸੀਂ ਤੇਰੇ ਪਿਆਰ ਲਈ ਯਾਰਾਂ ਵਾਰ ਦਿੱਤੀ ਜਾਨ, ਪਰ ਦੁੱਖ ਤੇਰੇ ਨਾ ਹੋ ਸਕੇ। ਅਸੀਂ ਤੇਰੇ ਪਿਆਰ ਲਈ ਯਾਰਾ ਵਾਰ ਦਿੱਤੀ ਜਾਨ, ਪਰ ਦੁੱਖ ਤੇਰੇ ਨਾ ਹੋ। ਬਈ ਜਿੱਥੇ ਤੁਸੀਂ ਮੈਨੂੰ ਪੈਸੇ ਲੈ ਕੇ ਕਿਹਾ ਸੀ ਮੈਂ ਉਸ ਜਗ੍ਹਾ ਤੇ ਪਹੁੰਚ ਗਿਆ, ਤੁਸੀਂ ਛੇਤੀ ਆ ਜਾਓ ਬੱਚੇ ਨੂੰ ਲੈ ਕੇ। ਹਾਂ ਬਈ, ਮੈਂ ਵੇਟ ਕਰਦਾ।
ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਿਵੇਂ ਤੁਸੀਂ ਸਾਰੇ ਜਣੇ? ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਰੋਂਗ ਨੰਬਰ ਸੀਰੀਜ਼ ਦਾ ਜਿਹੜਾ ਹੁਣ ਵਾਲਾ ਪਾਰਟ ਤੁਸੀਂ ਵੇਖ ਕੇ ਹਟੇ ਹੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਵਧੀਆ ਲੱਗਿਆ ਹੋਏਗਾ। ਜੇ ਤੁਹਾਨੂੰ ਵਧੀਆ ਲੱਗਿਆ ਤਾਂ ਵਧੀਆ ਵਧੀਆ ਕਮੈਂਟ ਕਰਿਓ ਕਮੈਂਟ ਬਾਕਸ ਦੇ ਵਿੱਚ, ਅਤੇ ਜਿਹਨੇ ਆਪਣੇ ਚੈਨਲ ਮੰਗੂ ਫਿਲਮਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ। ਥੈਂਕ ਯੂ ਸੋ ਮੱਚ।